geschickt. نحمده ونصلي على رسوله الكريم أما بعد فأعوذ بالله من الشيطان الرجيم بسم الله الرحمن الرحيم يا أيها الذين آمنوا أطيعوا الله سبحان ربك رب العزة عما يصفون وسلام على المرسلين والحمد لله رب العالمين گزشتہ آیات مقدسات دے اندر مقام بدر دے اندر اصحاب محمد الرسول اللہ صلی اللہ علیہ وسلم تے اللہ نے جو احسانات فرمائے انہاں دی جرأت اور بہادری دے اللہ دے قرآن نے ایسے سہڑے انداز دے اندر ذکر فرمایا تاکہ دن قیامت تک اصحاب محمد الرسول اللہ دے صداقت ایمان دا شاہد رب دا قرآن بنیا رہے کیونکہ اے او جماعت ہے جس دے دل دے اندر ڈائریکٹ رب نے رحمت قرآن نو بھر دیتا جس جماعت نے سہڑے محمد معصوم و مخدوم دے وجود باجود تے نزول رحمت نو اکھاں نال ڈٹھا اور انہاں علامات اور آثار نو دیکھ کے بیان مصطفیٰ تو قبل ہی اس جماعت نے صداقت پیغمبر تے ایمان لے آتا کیونکہ انہاں نو یقین آئی کہ اس وجود چوں کوئی حرکت بھی ظاہر ہوندی ہے تو اس دے اندر صرف اور صرف رب دی پسند ہوندی ہے جدو انہاں نے اللہ دی پسند نو پسند فرمایا تو انہاں دے دل دی حقیقت دا اعلان رب نے اس اعلان نال فرمایا کہ رضی اللہ عنہم ورضو عنہ اے او لوگ ہن جنہاں نے میں رب دی پسند نو پسند فرمایا ہے لہذا میں اللہ نے انہاں دی زندگی نو پسند فرما لیا اور اس دے کئی نمونے پھر سہڑے محمد کریم دی زندگی دے اندر ہی اللہ نے اپنے محبوب نو دکھائے کہ میرا سہڑا محمد پاک اے او جماعت ہے کہ یحبہم ویحبونہ اے میں ان ڈٹھے رب نال محبت رکھ دے ہن یحبونہ میں اللہ انہاں نال محبت کرنا ہاں
ਅੱਲਾ ਬੰਦੇ ਨਾਲ ਕਦੋਂ ਮੁਹੱਬਤ ਕਰਦਾ ਹੈ? ਫਤਬਉਨੀ ਯੁਹਬਬਕੁਮ ਅੱਲਾ, ਜਦਾ ਬੰਦਾ ਆਪਣੇ ਆਪ ਨੂੰ ਸੋਹਰੇ ਮੁਹੰਮਦ ਕਰੀਮ ਦਾ ਸੱਚਾ ਗੁਲਾਮ ਔਰ ਨੌਕਰ ਬਣਾ ਲੈਂਦਾ ਹੈ, ਅੱਲਾ ਫਰਮਾਉਂਦਾ ਯੁਹਬਬਕੁਮ ਅੱਲਾ, ਮੈਂ ਅੱਲਾ ਖੁਦ ਉਸ ਮੁਸਲਮਾਨ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਣਾ। ਮੁਹੱਬਤ ਦਾ ਤਾਲੁਕ ਹੁੰਦਾ ਹੈ ਇਨਸਾਨ ਦੇ ਦਿਲ ਨਾਲ। ਦਿਲ 'ਚ ਹੀ ਮੁਹੱਬਤ ਵੀ ਹੁੰਦੀ ਹੈ ਔਰ ਨਫ਼ਰਤ ਵੀ ਹੁੰਦੀ ਹੈ। ਤੋ ਅੱਲਾ ਕਰੀਮ ਤੋਂ ਇਹਨਾਂ ਵਜੂਦਾਂ ਕੋਲੋਂ ਪਾ ਕੇ ਫਿਰ ਅੱਲਾ ਬੰਦੇ ਨਾਲ ਕਿਵੇਂ ਮੁਹੱਬਤ ਕਰਦਾ ਹੈ? ਦਿਲ ਵੀ ਤੋ ਇਨਸਾਨ ਦੀ ਇੱਕ ਕਮਜ਼ੋਰੀ ਹੈ ਕਿ ਜਿਸ ਦੇ ਉੱਤੇ ਬੰਦਾ ਆਪਣਾ ਕੰਟਰੋਲ ਵੀ ਨਹੀਂ ਰੱਖਦਾ। ਜਿਸ ਪਾਸੇ ਇਨਸਾਨ ਦਾ ਦਿਲ ਡੁੱਲ ਜਾਏ, ਬੰਦਾ ਸਾਰਾ ਉਦਾਂ ਹੀ ਡੁੱਲ ਵੱਜਦਾ। ਤੋ ਅੱਲਾ ਤੋਂ ਇਹਨਾਂ ਕਮਜ਼ੋਰੀਆਂ ਕੋਲੋਂ ਪਾ ਕੇ, ਉਹ ਹੈ ਕਿ ਨਹੀਂ ਅੱਲਾ, ਇਹਨਾਂ ਕਮਜ਼ੋਰੀਆਂ ਤੂੰ ਪਾ ਕੇ। ਤੋ ਅੱਲਾ ਵੀ ਫਰਮਾਉਂਦਾ ਯੁਹਿੱਬੋ ਹੁਮ, ਮੈਂ ਅੱਲਾ ਉਹਨਾਂ ਨਾਲ ਮੁਹੱਬਤ ਕਰਦਾ। ਤੋ ਅੱਲਾ ਦੇ ਅੰਦਰ ਇਹ ਕਮਜ਼ੋਰੀ ਹੈ। ਮੁਹੱਬਤ ਦਾ ਮਾਨਾ ਹੁੰਦਾ ਹੈ ਮੈਲਾਨੇ ਕਲਬ, ਦਿਲ ਦਾ ਕਿਸੇ ਪਾਸੇ ਮੁੜ ਵੈਣਾ, ਇਸ ਨੂੰ ਕੀ ਆਖੀਂਦਾ ਹੈ ਮੁਹੱਬਤ। ਕੁਰਾਨ ਪਾ ਕੇ ਜਾਂਦਾ ਨਾ ਅਲ ਕਈ ਤੋ ਅਲਈ ਕਾ ਮੁਹੱਬਤਮ ਮਿੰਨੀ, ਮੂਸਾ ਜਦਾਂ ਤੈਨੂੰ ਫਿਰਾਉਣ ਕਤਲ ਦਾ ਮਨਸੂਬਾ ਬਣਾਈਂਦਾ ਪਿਆ ਹਈ, ਤੋ ਉਸਦੀ ਘਰ ਵਾਲੀ ਆਸੀਆ ਦੇ ਦਿਲ ਦਾ ਰੁੱਖ ਤੈ ਮੂਸਾ ਵੱਲ ਮੈਂ ਅੱਲਾਹ ਨੇ ਮੋੜ ਛੋੜਿਆ। ਮੁਹੱਬਤ ਮਿੰਨੀ, ਉਸਦੇ ਦਿਲ 'ਚ ਤੈ ਮੂਸਾ ਦੀ ਮੁਹੱਬਤ ਪਾਵਣ ਵਾਲਾ ਕੌਣ ਆਈ? ਅੱਲਾਹ ਆਏ। ਉਸ ਆਖਿਆ ਹਈ ਲਾ ਤਕਤਲੂ ਹੋ, ਮੂਸਾ ਨੂੰ ਕਤਲ ਨਾ ਕਰ, ਅਸਾਂ ਬੇ ਔਲਾਦ ਹੈ, ਸ਼ੁਕਰ ਹੈ ਅੱਲਾ ਦਾ ਕਿ ਸਾਨੂੰ ਜਮਿਆ ਜਮਾਇਆ ਰੱਬ ਨੇ ਪੁੱਤਰ ਨਸੀਬ ਫਰਮਾ ਦਿੱਤਾ। ਤੋ ਅੱਲਾ ਕਰੀਮ ਬੰਦੇ ਨਾਲ ਕਿਵੇਂ ਮੁਹੱਬਤ ਕਰਦਾ ਹੈ? ਹਾਲਾਂਕਿ ਅੱਲਾਹ ਤੋਂ ਇਹਨਾਂ ਕਮਜ਼ੋਰੀਆਂ ਕੋਲੋਂ ਪਾ ਕੇ ਫਿਰ ਰੱਬ ਐਸੇ ਮਹਿਬੂਬ ਬੰਦੇ ਨਾਲ ਮੁਹੱਬਤ ਕੈਸੀ ਕਰਦਾ ਹੈ? ਤੋ ਅੱਲਾ ਦਾ ਕੁਰਾਨ ਫਰਮਾਉਂਦਾ ਹੈ ਹੋ ਅੱਲਜ਼ੀ ਯੁਸੱਲੀ ਅਲੈਕੁਮ ਵਮਲਾਇਕਤਹੁ, ਜਿਵੇਂ ਮੁਸਲਮਾਨ ਹਰ ਹਾਲ 'ਚ ਆਪਣੇ ਦਿਲ 'ਚ ਮੇਰੀ ਮੁਹੱਬਤ ਨੂੰ ਵਸਾਈ ਰੱਖਦਾ ਹੈ, ਇਸੇ ਤਰ੍ਹਾਂ ਹੀ ਯੁਸੱਲੀ ਅਲੈਕੁਮ, ਮੈਂ ਰੱਬ ਵੀ ਐਸੇ ਮੁਸਲਮਾਨ ਦੀ ਹਰ ਹਾਲ ਦੇ ਅੰਦਰ ਆਪਣੀ ਰਹਿਮਤ ਵਸਾਈਂਦਾ ਰਹਿਣਾ, ਜਿਵੇਂ ਉਸਦਾ ਦਿਲ ਮੇਰੀ ਮੁਹੱਬਤ ਤੋਂ ਖਾਲੀ ਨਹੀਂ ਹੁੰਦਾ, ਇੰਨੇ ਉਸਦੀ ਜ਼ਿੰਦਗੀ ਮੈਂ ਰੱਬ ਦੀ ਰਹਿਮਤ ਤੋਂ ਕਦੀ ਖਾਲੀ ਨਹੀਂ ਹੋ ਸਕਦੀ, ਜਿਵੇਂ ਉਸਦੇ ਦਿਲ ਦਾ ਰੁੱਖ ਮੇਰੇ ਵੱਲ ਹੁੰਦਾ ਹੈ, ਇੰਨੇ ਮੈਂ ਰੱਬ ਦੀ ਰਹਿਮਤ ਦਾ ਰੁੱਖ ਵੀ ਹਮੇਸ਼ਾ ਉਸ ਮੁਸਲਮਾਨ ਵੱਲ ਹੁੰਦਾ ਹੈ। ਇਸੇ ਵਾਸਤੇ ਫਰਮਾਇਆ ਫਕੁਲ ਸਲਾਮੁਨ ਅਲੈਕੁਮ ਕਤਬ ਰੱਬੁਕੁਮ ਅਲਾ ਨਫਸਿਹਿ ਰਹਿਮਾ, ਨਫਸ ਦਾ ਮਾਨਾ ਜ਼ਾਤ, ਅੱਲਾ ਦਾ ਅਲਾ ਨਫਸੇ ਹੀ, ਮੈਂ ਰੱਬ ਆਪਣੀ ਜ਼ਾਤ 'ਤੇ ਫਰਜ਼ ਕਰ ਦੇਣਾ ਕਿਹੜੀ ਸ਼ੈ? ਅਰ ਰਹਿਮਾ, ਇਹ ਬੰਦਾ ਜਿੱਥੇ ਹੀ ਹੋ ਸੀ ਮੈਂ ਰੱਬ ਦੀ ਰਹਿਮਤ ਇਸ 'ਤੇ ਵਸਦੀ ਰਹਿ ਰਹੀ ਸੀ। ਇਹ ਉਹ ਜਮਾਤ ਹੈ ਜਿਸ ਨੇ ਆਪਣੇ ਦਿਲ ਦੇ ਚਾਰ ਨਿਹਾਨ ਖਾਨਿਆਂ ਦੇ ਅੰਦਰ ਵਸਾ ਕੇ ਮੈਂ ਰੱਬ ਨੂੰ ਰੱਖਿਆ। ਜਦ ਇਹ ਜਮਾਤ ਨੇ ਮੈਨੂੰ ਪਸੰਦ ਫਰਮਾਇਆ ਹੈ
ਤੋ ਇਹਨਾਂ ਦੀ ਹਰ ਅਦਾ ਨੂੰ ਵੀ ਮੈਂ ਅੱਲਾ ਨੇ ਪਸੰਦ ਫਰਮਾ ਲਿਆ। ਤੋ ਇਸ ਵਾਸਤੇ ਮੁਸਲਮਾਨਾਂ ਨੂੰ ਹੁਣ ਅੱਲਾ ਕਰੀਮ ਮਜ਼ੀਦ ਤੰਬੀਹਨ ਤਾਕੀਦਨ ਹੁਕਮ ਫਰਮਾ ਰਿਹਾ ਹੈ, ਯਾ ਅਯੂਹ ਅੱਲਜ਼ੀਨ ਆਮਨੂ, ਐ ਇਮਾਨਦਾਰੋ, ਅਤੀਉਲਲਾਹ ਵਰਸੂਲਾ, ਅੱਲਾ ਔਰ ਉਸ ਦੇ ਰਸੂਲ ਦੀ ਹਮੇਸ਼ਾ ਖੁਸ਼ ਹੋ ਕੇ ਇਤਾਅਤ ਨੂੰ ਜਾਰੀ ਰੱਖੋ। ਦੇਖਿਆ ਕਿ ਇਸੇ ਇਤਾਅਤ ਦੇ ਹਕਮਤ ਦੀ ਵਜ੍ਹਾ ਤੋਂ ਮੈਂ ਅੱਲਾ ਨੇ ਤੁਹਾਡੇ ਉੱਤੇ ਇਤਨੇ ਅਹਿਸਾਨਾਤ ਤੇ ਇਨਾਮ ਫਰਮਾਏ। ਵਲਉ ਅਅਜਬਕੁਮ ਕਸਰਤੁਕੁਮ, ਅੱਲਾ ਮੁਸ਼ਰਕੀਨ ਨੂੰ ਆਦਾ ਹੈ ਕਸਰਤੁਕੁਮ, ਭਾਵੇਂ ਤੁਸੀਂ ਸਾਰੇ ਮਿਲ ਕੇ ਆ ਜਾਓ, ਫਲਮ ਤੁਗਨੇ ਅਨਕੁਮ ਸ਼ਈਅਨ, ਐਸੀ ਜਮਾਤ ਜਿਸ ਜਮਾਤ ਨੂੰ ਮੁਹੰਮਦ ਨੇ ਤਿਆਰ ਫਰਮਾਇਆ ਹੈ, ਲਮ ਤੁਗਨੇ ਅਨਕੁਮ ਸ਼ਈਅਨ, ਇੱਕ ਰਾਈ ਦੇ ਦਾਣੇ ਦੇ ਬਰਾਬਰ ਵੀ ਮੁਹੰਮਦ ਦੀ ਜਮਾਤ ਨੂੰ ਕਦੀ ਨੁਕਸਾਨ ਤੁਸੀਂ ਪਹੁੰਚਾ ਸਕਦੇ ਹੀ ਨਹੀਂ ਹੈ। ਇਹ ਕੁਰਾਨ ਦਾ ਵਾਅਦਾ ਹੈ। ਸ਼ਈ ਅਨ, ਸ਼ੈ ਤਾਂ ਜਾਣ ਦਿਓ, ਕੋਈ ਸ਼ੈ ਹੀ ਨਹੀਂ, ਫਲਾਣਾ ਤਾਂ ਮੀਆਂ ਮੇਰੇ ਨਜ਼ਦੀਕ ਕੋਈ ਸ਼ੈ ਨਹੀਂ, ਮਤਲਬ ਕਿ ਕੁਛ ਵੀ ਨਹੀਂ। ਅੱਲਾ ਦਾ ਲਮ ਤੁਗਨੇ ਅਨਕੁਮ ਸ਼ਈ ਅਨ, ਮੇਰੇ ਮੁਹੰਮਦ ਦੇ ਈਮਾਨ ਦੀ ਜਮਾਤ ਵਾਲੀ ਕੁਵਤ ਦੇ ਮੁਕਾਬਲੇ ਦੇ ਅੰਦਰ ਸ਼ਈ ਅਨ ਤੁਸਾਂ ਕੁਛ ਵੀ ਨਹੀਂ ਹੋ। ਤੋ ਮਤਲਬ ਕਿਆ ਹੈ, ਇਹ ਆਇਤ ਸਿਰਫ ਉਥਾਂ ਹੀ ਮੱਕੇ ਮਦੀਨੇ ਤੱਕ ਰਹਿ ਗਈ? ਓਏ ਕੁਰਾਨ ਸਾਰਾ ਤੁਹਾਡੇ ਮੇਰੇ ਵਾਸਤੇ ਹਿਦਾਇਤ ਹੈ ਕਿ ਨਹੀਂ ਹੈ? ਤੋ ਅਸਹਾਬ ਪੈਗੰਬਰ ਦੀ ਉਸ ਵਕਤ ਵੀ ਮੁਖਾਲਫਤ ਹੁੰਦੀ ਆਈ ਤੇ ਅੱਲਾ ਨੇ ਫਰਮਾਇਆ ਤੁਸਾਂ ਸਾਰੇ ਕਾਫਿਰ ਰਲ ਕੇ ਵੀ ਭੌਂਕਦੇ ਰਹਿ ਜਾਓ, ਮੇਰੇ ਮੁਹੰਮਦ ਦੀ ਜਮਾਤ ਦਾ ਕੁਛ ਵੀ ਨਹੀਂ ਵਿਗਾੜ ਸਕਦੇ। ਲਮ ਤੁਗਨੇ ਅਨਕੁਮ ਸ਼ਈਅਨ, ਤੁਸਾਂ ਕੁਛ ਵੀ ਨਹੀਂ ਵਿਗਾੜ ਸਕਦੇ। ਕਿਉਂ? ਜਿਸ ਕਿਤਾਬ ਦੇ ਅੰਦਰ ਅਸਹਾਬ ਪੈਗੰਬਰ ਦੇ ਈਮਾਨ ਦੀ ਸ਼ਹਾਦਤ, ਉਸ ਕਿਤਾਬ ਦੇ ਇੱਕ ਇੱਕ ਹਰਫ ਤੇ ਨੁਕਤੇ ਦਾ ਪਹਿਰੇਦਾਰ ਕੌਣ ਹੈ? ਅੱਲਾ ਹੈ। ਜਦੋਂ ਉਸ ਦੇ ਅੰਦਰ ਕੋਈ ਵਿਗਾੜ ਨਹੀਂ ਆ ਸਕਦਾ। ਅੱਛਾ, ਕੁਰਾਨ ਦੀ ਮੁਖਾਲਫਤ ਕਰਨੇ ਵਾਲਿਆਂ ਦੇ ਅੰਦਰ ਕੋਈ ਕਮੀ ਹੈ? ਰੋਜ਼ੇ ਅਵਲ ਤੋਂ ਕੁਰਾਨ ਦੀ ਮੁਖਾਲਫਤ ਹੋ ਰਹੀ ਹੈ, ਦਿਨ ਬ ਦਿਨ ਮੁਖਾਲਫਤ ਵੱਧਦੀ ਜਾ ਰਹੀ ਹੈ। ਤੋ ਕੁਰਾਨ ਦੇ ਅੰਦਰ ਕੋਈ ਤਬਦੀਲੀ ਆਈ ਹੈ? ਬੋਲੋ, ਨਹੀਂ ਆ ਸਕਦੀ। ਜੇ ਕੁਰਾਨ ਦਾ ਕੋਈ ਮੁਖਾਲਫਤ ਕਰਦਾ ਕਰਦਾ ਮਰ ਜਾਏ ਤਾਂ ਕੁਰਾਨ ਵਿੱਚ ਤਬਦੀਲੀ ਨਹੀਂ ਆ ਸਕਦੀ। ਇੰਨੇ ਜਮਾਤ ਪੈਗੰਬਰ ਦੀ ਮੁਖਾਲਫਤ ਕਰਦਾ ਕਰਦਾ ਭੌਕ ਭੌਕ ਕੇ ਮਰ ਸਕਦਾ ਹੈ, ਕਦੀ ਮੁਹੰਮਦ ਦੀ ਜਮਾਤ ਦੇ ਈਮਾਨ ਵਿੱਚ ਤਬਦੀਲੀ ਨਹੀਂ ਆ ਸਕਦੀ। ਕਿਉਂਕਿ ਅਸਹਾਬ ਪੈਗੰਬਰ ਦੇ ਈਮਾਨ ਦਾ ਗਵਾਹ ਰੱਬ ਦਾ ਕੁਰਾਨ ਬਣ ਕੇ ਆਇਆ ਹੈ। ਔਰ ਮੈਂ ਆਪਣੀ ਤਰਫੋਂ ਨਹੀਂ ਕਹਿ ਰਿਹਾ। ਇੱਕ ਦਿਨ ਮੁਨਾਫਿਕੀਨ ਨੇ, ਮੁਨਾਫਕਾ ਦਾ ਕੰਮ ਹੀ ਹੁੰਦਾ ਹੈ ਮੁਸਲਮਾਨਾਂ ਦੇ ਇਤਫਾਕ ਅਤੇ ਇਤਿਹਾਦ ਦੀ ਦਰਾੜ ਪੈਦਾ ਕਰਨਾ, ਮੁਸਲਮਾਨਾਂ ਨੂੰ ਇਕੱਠਾ ਰਹਿੰਦੇ ਹੋਏ ਵੇਖ ਕੇ ਮੁਨਾਫਿਕ ਬਰਦਾਸ਼ਤ ਨਹੀਂ ਕਰਦਾ, ਬੜੇ ਬੜੇ ਮਨਸੂਬੇ ਕਰਦਾ ਹੈ। ਉਸ ਦੇ ਕੰਨ 'ਚ ਫੂਕ ਕੁਛ ਹੋਰ ਚ ਮਾਰੀ, ਦੂਏ ਦੇ ਕੰਨ 'ਚ ਹੋਰ ਮਾਰ ਦਿੱਤੀ। ਮਿਜ਼ਾਜ ਤੋਂ ਹਰ ਬੰਦੇ ਦਾ ਮੁਖਤਲਿਫ ਹੁੰਦਾ, ਕਿਸੇ ਦੇ ਅੰਦਰ ਬਰਦਾਸ਼ਤ ਹੁੰਦੀ ਹੈ, ਕਿਸੇ ਦੇ ਅੰਦਰ ਨਹੀਂ ਆਉਂਦੀ। ਬਰਦਾਸ਼ਤ ਵਾਲਾ ਚੁੱਪ ਕਰ ਵਹਿੰਦਾ, ਉਹ ਆਖਦਾ ਯਾਰ ਜੇ ਮੇਰੀ ਸ਼ਿਕਾਇਤ ਕੀਤੀ ਵੀ ਹੈ ਤਾਂ ਕੋਈ ਹਰਜ ਨਹੀਂ, ਮੁਸਲਮਾਨ ਅਸਾਂ ਹੈ, ਹਿੱਕੇ ਜਮਾਤ ਦੇ ਹੈ, ਹਿੱਕੇ ਪੈਗੰਬਰ ਨੂੰ ਮੰਨਣ ਵਾਲੇ ਆ, ਹਿੱਕੇ ਦੀਨ ਅਤੇ ਹਿੱਕੇ ਨਜ਼ਰੀਏ 'ਤੇ ਚੱਲਣ ਵਾਲੇ ਆ। ਉਹ ਘੁੱਟ ਭਰ ਵਹਿੰਦਾ, ਡਰ ਗੁਜ਼ਰ ਕਰ ਜਾਂਦਾ ਹੈ। ਬਾਅਦ ਥੋੜ੍ਹੀ ਜਿਹਾ ਉਜਲਤ ਪਸੰਦ ਵੀ ਜ਼ਾਦ ਰੱਖਣ ਵਾਲੇ ਹੁੰਦੇ। ਤੋ ਇਸ ਕਮਜ਼ੋਰੀ ਤੋਂ ਮੁਨਾਫਿਕ ਫਾਇਦਾ ਉਠਾਈਦਾ ਹੈ। ਉਸ ਦੇ ਕੰਨ 'ਚ ਕੁਛ ਕੀਤਾ, ਦੂਏ ਦੇ ਕੰਨ 'ਚ ਕੁਛ ਕੀਤਾ। ਤੋ ਸੋਹਣੇ ਮੁਹੰਮਦ ਕਰੀਮ ਨੂੰ ਆ ਕੇ ਕਦੀ ਕਿਸੇ ਦੇ ਬਾਰੇ ਕੋਈ ਬਕਵਾਸ ਮਾਰੀ, ਕਦੀ ਕਿਸੇ ਦੇ ਬਾਰੇ ਕੀਤੀ,
تو بظاہر اللہ فرماتا یعجبک قولہ، میرا محمد تو بھی انہاں دیاں گلاں سن کے بڑا متعجب ہو وینا، بھئی یار گل تو ٹھیک پیا کریندا ہو سی مگر میرا سونا محمد سنی سنائی سن کے جماعت کے خلاف کوئی مت فیصلہ دے وے، میرا محمد عالم ما فی قلوبہم، تے محمد دے ہر نوکر دے دل دی حقیقت نو جانن والا کون ہے؟ بولو، اللہ فرماتا عالم اے تیری خدمت وچ پیچھے آئے ہیں، انہاں دے دل نو چھانڈ کے چنیا میں اللہ پہلے دن تو ہے، انہاں دے دلاں نو پسند کر اللہ کون ہے؟ اللہ ہے، عالم ما فی قلوبہم، انہاں دے دلاں دی حقیقت نو جانن والا کون ہے؟ وَلَوْ عَلِمَ اللَّهُ فِيهِمْ خَيْرًا لَّأَسْمَعَهُمْ، میرا محمد مینو اچھی طرح پتا ہے کہ اے او لوگ ہیں جنہاں دے اندر جنہاں دے دل وچ میں اللہ نے خیر و برکت نو جمع فرما ورا ہے، عالم اللہ، عالم جاندا تے اللہ یعنی انہاں دے دل دی حقیقت نو جانن والا کون ہے؟ اگو اللہ فرماتا ہے تے انہاں دے دل وچ میں کشف بھری خیرن کے بھرے ہے؟ بولو یار، انہاں دے دل وچ کے بھری ہے؟ خیر ہی خیر ہے، جنہاں دے ایمان نو رب خیر بنائے اتھے فتنہ آ سکدا ہے؟ اتھے فساد پی سکدا ہے؟ اتھے نری خیر ہی خیر ہے، اس واسطے اللہ نے اس آیت دے اندر مسلمانوں نو حکم فرمایا ہے کہ اگر ایسی قوت ایمان اپنے اندر رکھی تو پھر سارا جہان بھی کٹھا ہو جائے، کدی تواڈے اُتے غالب نہیں آ سکتی۔ ولا تولوا عنه وانتم تسمعون، انج نہ ہو جاؤ کہ تسا قرآن و سنت نو سن بھی لو تے بد عملی انج ہووے کہ لا تسمعون، تسا مڈو قرآن نو سنے ہی کوئی نہیں، او سمجھ رہے ہو کہ نہیں؟ کہ تسا قرآن نو سنو بھی سہی، سمجھو ہی سہی، میرے محبوب دی سنت دا پتہ بھی ہوئے تو وانتم لا تسمعون، تسا انج زندگی گزارو کہ تواڈا مڈو محمد دی شریعت نال واسطہ ہی کوئی نہیں، لا تولو، ایسا کام بولو۔ ہن اگلا فیصلہ ویکھو قرآن کیا فرماتا ہے، الحمدللہ اسا سارے قرآن تے ایمان رکھن والے مسلمان ہیں، انشاءاللہ نہ آکھو آکھو ماشاءاللہ، انشاءاللہ ہوندا کل واسطے، بھائی اگلا جڑا کام میں کرے سا اگر اللہ چاہیا تا وہ آون والا وقت ہوندا ہے، تسا اجا کافر ہو تو آکھو ماشاءاللہ، تو ستا انشاءاللہ تا آکھو جو اجا سا آج کافر ہے کل مسلمان ہو سا اللہ چاہ سیتا، اسا الحمدللہ ہوڑ بھی مسلمان ہے، اس واسطے ہوڑ آکھو ماشاءاللہ، اے آون والے وقت واسطے ہوتا ہے انشاءاللہ، میاں کل دے آون والے وقت نو جانن اللہ کون ہے؟ اللہ ہے، لہذا میں تیرے نال پکا وعدہ نہیں کرتا، انشاءاللہ اگر اللہ چاہے تو میں یہ کام کر دے سکتا، اسا الحمدللہ اج بھی مسلمان ہیں کل بھی مسلمان، اللہ شالا اسا تسا سارے مسلمانوں دا خاتمہ بل ایمان فرمائے۔ میری طبیعت کافی دنوں تو خراب ہے، اس وجہ تو میں تھوڑی جی لیٹ آیا، وہ معذرت، اللہ پاک جتنے بھی مومنین موحدین مسلمین مسلمات بیمار ہیں اللہ انہاں نو شفا کاملہ نصیب فرمائے، صحت کاملہ عطا فرمائے۔ اللہ دے قرآن نے اگوں فرمایا، پہلے فرما دیتا ہے کہ اے ایماندارو اللہ اور اس نے رسول دی اطاعت نو جاری رکھو، تے جس مسئلے دی سمجھ آ گئی ہے لا تولو عنہ، اس تو منہ نہ پھیرو، انج بد عمل نہ بن جاؤ کہ مڈھو تسا قرآن و سنت دی گل نو سنیے ہی نہیں، مطلب میرے قرآن و سنت دی بات نو سن کے سنی ان سنی نہ کرے آئے، اگر جے تسا انج جا کیتا تو پھر تہاڈا نتیجہ کیا نکلدا ہے؟ ان شر الدواب
عند الله الصم البكم الذين لا يعقلون إن شر الدواب سب تو بڑا میں رب دی مخلوقات وچوں شر شر کہیں نوا دیو شر کون کرندا ہے شیطان کرندا ہے مسلمان اچ خیر ہے تے شیطان اچ شر ہے اللہ فرماتا ہے شر الدواب عند اللہ دواب دمانا ہوندا ہے جانور زیر روح شائے دنیا دے اندر جتنے بھی جانور ہیں اللہ فرماتا ہے شر ان سارے جانوراں وچوں شریر اے جانور ہے جس نے قرآن سنیا بھی تے والو دے اُتے عمل بولو اے ہن بھلا دسو کسے ملہ دا فتویٰ اے فیصلہ رب دا ہے ان شر الدواب ساری مخلوقات وچوں سب تو وڈا شریر تے بدماش تے لچا تے دہشت گرد او بندہ ہے جس نے میرے قرآن وی سنیا ہے تے میرے بے مثال جوان دی سنت نو وی پڑھے آئے سمجھے آئے سنیا ہے مگر وت وی انا تے ڈور تے گنگ بن کے میرے قرآن و سنت نو کنڈ کر کے زندگی ودا بسر کریندا اے اللہ فرماندا لا یاقلون جنہیں جیویں جانوراں دے اندر عقل تے فام و بصیرت میں اللہ نے نہیں رکھی انہیں میرے پیغمبر دی اطاعت نہ کرنے والا او بھی انہیں جانوراں دی لسٹ دے اندر اے جیویں جانوراں دے سامنے سارا قرآن چ پڑھ کے سنایا جاوے انہاں نوں نہیں پتہ لگدا کہ جہنم کیا ہے جنت کیا ہے رب دی رحمت کیا ہے لعنت کیا ہے غضب الہی کیا ہے تے رب دی رضا کیا ہے انج اے بدبخت بد نصیب بندے جس نور رب نے قرآن سنن دا موقع تا دیتا ہے مگر میرے پیغمبر دی سیرت عمل نہیں کیتا اے پاوے ویکھن دے اندر کلیم لائے ویکھن دے اندر اے سید آئے ویکھن دے اندر اے حاجی تے نمبر دار اے ویکھن دے اندر اے شاہ تے گدا اے اللہ دی قسم اللہ دا قرآن فرماندا ہے ان شر الدواب مینو اللہ ہون دی قسم اس نالوں جانور چنگا ہے اے جانور نالوں وی بھیڑا تے بدبخت اے کیا فرمائے بولو تو صحیح اللہ نے پہلے جماعت مصطفیٰ دے ایمان دے تذکرے کیتے بے دیکھو میری نصرت اینج دے ایمان والیاں تے آدی ہے تے جے اینج دی نصرت لونی ہے تا ایمان دا وی انجے ہونا بولو یار ضروری ہے اسے وجہ تو اللہ دے قرآن نے فرمایا فَإِنْ آمَنُوا بِمِثْلِ مَا آمَنْتُمْ بِهِ فَقَدْ اِهْتَدَوْا اگو فرمایا وَإِنْ تَوَلَّوْا
इस आयत के अंदर भी क्या है, या अय्युहल्लदीना आमनु अतीउल्लाह व रसूलहु वला तवल्लव। इत्थे भी फरमाया है फइन आमनु बिमिस्ले मा आमनतुम बिही फकद इहतदौ व इन तवल्लव। ओ ईमानदारो, तुस जे ईमानदारो, दावा तुहाडा ए आए असा कुरान नू मनण वाले आए, सुन्नत नबवीयत चलण वाले आए, तुहाडा दावा ए आए कि असा सोहणे मुहम्मद करीम दे आशिक आए, सोहणे मुहम्मद नाल मोहब्बत प्यार करण वाले आए, सोहणे मुहम्मद करीम दी हर अदा नू पसंद करण वाले आए। अल्लाह फरमांदा है वल बरेलवियां ते दियोबंदियां कोलो सनद लवण दी जरूरत नहीं, उलमा ते अकाबर ते बजुर्ग कोलो पुछण दी जरूरत नहीं कि जनाब मेरा ए ईमान ते अकीदा है, मैं इंज दा कुरान ते ईमान रखदा, मैं इंज दा मुहम्मद नाल प्यार रखदा, मैं इंज दा अपना इस्लाम दे मुताबिक अमल ते किरदार रखदा, मैं इंज दा मुहम्मद दी शरीयत ते अमल करने वाला, मैं इंज दा मुहम्मद दे नक्शे कदम ते चलण वाला। दसो बरेलवियो मैं ठीक हाँ या गलत, दसो दियोबंदियो मैं ठीक हाँ या गलत, दसो हयातियों मैं ठीक हाँ या गलत, दसो पीरों मैं ठीक हाँ या गलत। अल्लाह फरमांदा किसे मुल्लत पीर कोलो पुछण दी जरूरत नहीं, जे अपने ईमान आले दावे नू सच्चा साबित करना है, बे मिसले मा आमन तुम भी अपने ईमान आके उस कसवटी ते तराजू ते तोल, जेड़े ईमान नू तराजू मैं रब ने बनाया है, वो तराजू बन के आया है, ता असहाबे मुहम्मद रसूलुल्लाह बन के आया है। अल्लाह फरमांदा जे अपने ईमान नू सच्चा साबित करना है, ता तोल के वेख के सिद्दीक दे नाल ईमान मिलदा के नहीं, उमर दे ईमान नाल मिलदा के नहीं, उस्मान अली ते हैदर करार दे ईमान नाल मिलदा के नहीं आए, होर तो हो रह गए हुसैन बिन अली नाल ईमान मिलदा के नहीं। अल्लाह फरमांदा जी अपने आप नू मुसलमान सदवाओ नहीं, मेरे मोहम्मद दी जमात दी ईमान नाल ईमान नू फिट चकर, दुआ जहान दियां कामयाबियां मैं खुद दे देणी आए। मेयार रब दे कुरान ने बयान किया, उत्थे फरमाया ला तवल्लव मेरे रसूल दी इताअत तो मुंह ना फिरे आए। तो जदा ईमान दे तोलन दा टाइम आया ते अल्लाह फरमाया मता किसे चिट दाड़ी दे तराजू नू वेख के उदे ना भज पवे ना, जे ईमान नू तोलना ही ता तराजू मेरे मुहम्मद दी जमात है। इन तवल्लव अगर इस तराजू तो हट गया फइन्नमा हुम फी शिकाक, फिर दर बदर धक्के खावड़े मिलसिन, ईमान दी दौलत नसीब नहीं हो सकती। इस वास्ते अल्लाह दे कुरान ने फरमाया उत्थे एक मिनट रहा है, मेरे को पांच मिनट रहा पांच एक मिनट ला लवा मैं। इस वास्ते अगू अल्लाह दे कुरान ने फरमाया ए मेरा सोना मुहम्मदुर रसूलुल्लाह, इन्हें फरमा दे या अय्युहल्लज़ीना आमनु इस्तजीबू लिल्लाहि वलिर रसूल इज़ा दआकुम लिमा युहयीकुम वालमू अन्नल्लाह
یحول بین المرء وقلبی. اے میرا سونا محمد کریم ان مومنین نو اے خطاب فرما دے، او مسلمانو جد بھی میرا محمد کریم تانوں بلاوے، اذا دعاکم جد بھی او تانوں سڑ مارے، اپنی بھاویں جان دیاں مجبوریاں بھی کیوں نہ ہوویں، اپنی مجبوریاں چھڈ کے بھی میرے محمد تے سڈ نو قبول کرنا. استجیبو، میرا محمد پاک تانو سڈے سوچنا نہیں. یار میں ادھے لگ گیا تے اے میرا سارا کروڑا دا کاروبار تباہ ہو گئی سی، یار میں ادھے گیا میری جان چلی گئی سی، میں ادھے گیا تا میرا اے نقصان ہو گئی سی. اللہ فرماتا ہے نہیں، جدا میرا رسول استجیبو للہ وللرسول، پہلے فرمایا استجیبو للہ، اگو فرمایا وللرسول، پہلا نمبر اللہ دا، دوا نمبر رسول اللہ. کے مطلب؟ مطلب اے ہے کہ میرا رسول جدہ بھی سڈائی سی توانو بلائی سی، اس اپنی مرضی نال نہیں، للہ ہے کہیں دی مرضی نال، اس آپو نہیں سڈنا، وہ منہ سڈواون والا کون ہونا ہے؟ اللہ ہونا ہے. اس وجہ تو فرمایا استجیبو للہ وللرسول، میرا رسول جدہ بھی توانو بلائی سی تا کہیں دی رضا واسطے بلاوڑا ہے، اللہ دی رضا. سمجھ آئی ہے کہ نہیں ہے؟ ہوں اللہ دے رسول جو کھل آدھا ہوئے، لا یسمعو دعاکم، اے جڑے مر گئے ان کاکھ بھی سن دے، سارے بولو تو اے کہیں دے آنکھ نال کھل آدھا ہے، بولو اے کہیں فرمایا جو اگو اللہ دے رسول پہ بلیندہ ہے، تو پیغمبر نو بلواونا لکوڑ ہے. اللہ دے رسول جو کھل آدھا، حرم علیکم المیتہ والدم ولحم الخنزیر وما اہل لغیر اللہ، او لوگو مردار بھی حرام، دمے مسفو یعنی جانور نو ذبح کردے وقت جڑا خون واندا ہے او خون بھی تواڈے واسطے حرام ہے، خنزیر دا گوشت بھی حرام ہے، غیر اللہ دے نام دی نظر نے آج تے یارویں تے کل خانی تواڈے واسطے حلال ہے. پچھلیاں حرام تے اگلی حلال ہے. ہوں وہ تصا آپ جٹ ایک مثال دیں دو، منہ بھیڑا تے مثال دیں دے ہو نا، انج دا دین نہ بنا. ایکو جنس دا دین ہے، وہ دین اسلام شریعت محمد الرسول اللہ ہے. جو چیز حرام ہے حرام ہے، جو حلال ہے بولو وہ حلال ہے. حرام نو حلال میں کراں تا کافر، جے حلال نو حرام کراں بولو. کیونکہ اللہ دا رسول فرماتا ہے لست احلل حراما ولست احرم حلالا، نہ میں اللہ دے حلالا نو حرام کر سکدا نہ اللہ دے حراما نو حلال کر سکدا. حلال تے حرام دا فیصلہ کرنا اللہ کون ہے؟ اللہ ہے. خنزیر دا گوشت کوئی شک کیوں؟ یہ کسی مفتی فتویٰ دیتا ہے؟ یہ فیصلہ کہیں دا ہے؟ قرآن دا ہے. یہ دے حرام ہونے شک جے نہیں، وہ دی وجہ قرآن ہے. تو یہ عربی دے تینو حرام ہونے شک کیوں نہیں پیو پیدا ہونا؟ اتھے کیا او کھا لویے تاوی او میاں وقت انج گزارا ہوندا ہے؟ اے جب انہاں دی منع ہے تو وقت مڈو بندہ او کلی بلا دی بلا ہی بنیا رہ جائے. ساڈا تے میاں نہ کسے جنازہ پڑھنا ہے، نہ خوشی نہ غمی. او بھائیو، اللہ دے قرآن دا ہر فیصلہ یقینی ہے، اس سے شک دی گنجائش نہیں ہے. مردار دے حلال ہومر دا اج توڑی کسے فتویٰ دتا ہے؟ کیوں؟ حرم علیکم المیتا، مردار نو حرام کیوں فرمایا؟ سارے بولو،
ਜਦੋਂ ਉਸਦੇ ਬਾਰੇ ਕੁਰਾਨ ਨੇ ਫੈਸਲਾ ਕਰ ਦਿੱਤਾ ਹੈ, ਮੁਸਲਮਾਨ ਦਾ ਈਮਾਨ ਪੱਕਾ ਹੋ ਗਿਆ, ਉਸਨੂੰ ਉਹਦੇ ਹਰਾਮ ਹੋਣ ਸ਼ੱਕ ਦੀ ਗੁੰਜਾਇਸ਼ ਹੈ। ਅਤੇ ਕੁਲਖਾਨੀ ਅਤੇ ਯਾਰਵੀਂ ਦੇ ਮਾਮਲੇ ਦੇ ਅੰਦਰ ਤ੍ਰਾਏ ਹਰਾਮ ਹਮੇਸ਼ਾ ਤੱਲੂ ਮੋੜ ਤੋਂ ਚੜੀਂਦਾ ਹੈ ਕਿ ਬੰਦਾ ਉੱਤੋਂ ਹੀ ਚੜ੍ਹਦਾ, ਉੱਤੋਂ ਚੜ੍ਹ ਕੇ ਤੱਲੇ ਲਵੇ ਕਿੱਥੋਂ, ਸਟੈਪ ਬਾਈ ਸਟੈਪ। ਪਹਿਲੇ ਫਰਮਾਇਆ ਇਹ ਹਰਾਮ ਹੈ ਮਹਿਤਾ, ਇਹ ਇਤਨਾ ਹਰਾਮ ਹੀ ਨੇ। ਵੱਲ ਫਰਮਾਇਆ ਵੱਧ ਦਮ, ਇਹ ਉਸ ਤੋਂ ਵੱਡਾ ਹਰਾਮ ਹੀ ਨੇ ਖੂਨ। ਵੱਲ ਉਸ ਤੋਂ ਵੱਡਾ ਹੀ ਨੇ ਲਾਹਮ ਅਲ ਖਿਨਜ਼ੀਰ, ਵੱਲ ਉਸ ਤੋਂ ਵੱਡਾ ਹੀ ਨੇ ਉਹਿਲ ਅਲ ਗੈਰ ਅੱਲਾਹ। ਉਹ ਹੋਰ ਸਮਝ ਆਈ ਹੈ ਕਿ ਨਹੀਂ ਆਈ? ਸਾਰਿਆਂ ਤੋਂ ਵੱਡਾ ਹਰਾਮ ਕਿਆ ਹੈ? ਗੈਰ ਅੱਲਾਹ ਦੇ ਨਾਂ ਦੀ ਨਜ਼ਰ ਨਿਆਜ਼। ਤੂੰ ਛੋਟਿਆਂ ਨੂੰ ਹਰਾਮ ਮੰਨੀ ਤੇ ਜਿਹੜਾ ਖਿਨਜ਼ੀਰ ਨਾਲ ਵੀ ਜ਼ਿਆਦਾ ਹਰਾਮ ਆਈ ਉਹਨੂੰ ਹਰਾਮ ਨਹੀਂ ਮੰਨੇ। ਇਸ ਵਜ੍ਹਾ ਤੋਂ ਅੱਲਾਹ ਨੇ ਫਰਮਾਇਆ ਉਹ ਮੁਸਲਮਾਨੋ, ਮੇਰੇ ਕੁਰਾਨ ਦੀ ਬਾਤ ਨੂੰ ਸੁਣ ਕੇ ਅਣ ਸੁਣਿਆ ਨਾ ਕਰਿਆ। ਜੇ ਇੰਜ ਕੀਤਾ ਤਾਂ ਮੇਰੀ ਸਾਰੀ ਮਖਲੂਕਾਤ ਚ ਸਭ ਤੋਂ ਵੱਡਾ ਸ਼ੈਤਾਨ ਇਹ ਬੰਦਾ ਹੈ। ਇਸਤਜੀਬੂ ਲਿਲਾਹ ਵਾਲੇ ਰਸੂਲ, ਜਿੱਥੇ ਮੇਰਾ ਰਸੂਲ ਸੜ ਮਾਰੇ, ਇਸਤਜੀਬੂ ਫੌਰਨ ਕਬੂਲ। ਅੱਲਾ ਦੇ ਪਾਕ ਪੈਗੰਬਰ ਨੇ ਸੜ ਮਾਰਿਆ ਹੈ, ਅੱਲਾ ਦੇ ਪੈਗੰਬਰ ਨੇ ਫਰਮਾਇਆ ਅਈਨਾ ਉਬਈ ਬਨੇ ਕਾਅਬਾ, ਮੇਰਾ ਉਬਈ ਸਹਾਬੀ ਕਿਤੇ ਗਿਆ? ਤ੍ਰਿਮਜ਼ੀ ਸ਼ਰੀਫ ਨਸਾਈ ਸ਼ਰੀਫ ਦੇ ਅੰਦਰ ਇਹ ਵਾਕਿਆ ਮਨਕੋਲ ਹੈ। ਮੈਂ ਹਵਾਲਾ ਇਸ ਗੱਲ ਉਪਿਆ ਦੇਣਾ, ਮਤਾ ਇੰਨੇ ਫਤਵੇ ਨਾ ਠੋਕੀ ਰੱਖੋ। ਅੱਲਾ ਦੇ ਰਸੂਲ ਨੇ ਸੜ ਮਾਰਿਆ ਹੈ ਕਿ ਮੇਰਾ ਉਬਈ ਸਹਾਬੀ ਕਿਤੇ ਗਿਆ ਹੈ? ਉਹ ਨਫਲੀ ਇਬਾਦਤ ਅੰਦਰ ਮਸਰੂਫ ਹੈ, ਅੱਲਾ ਦੇ ਪੈਗੰਬਰ ਨੇ ਸੜ ਮਾਰਿਆ, ਯਾਨੀ ਇਤਨਾ ਤਾਂ ਨਜ਼ਦੀਕ ਖੜਾ ਹੈ ਜਿੱਥੇ ਮੇਰੇ ਮੁਹੰਮਦ ਦੀ ਆਵਾਜ਼ ਉਹ ਆਸਾਨੀ ਨਾਲ ਸੁਣ ਰਿਹਾ ਵਾ। ਇਤਨੀ ਨਜ਼ਦੀਕੀ ਤਾਂ ਹੋਣੀ ਹੈ। ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਇੰਜ ਵੀ ਨਾ ਆਵਾਜ਼ ਕੱਢਦੇ ਜਿਵੇਂ ਅਸਾਂ ਕੜੇ ਕਿਵੇਂ ਵੱਜਦਾ ਪਿਆ। ਅੱਲਾ ਦੇ ਰਸੂਲ ਬੜਾ ਮੁਹੱਜ਼ਬ ਔਰ ਇੰਜ ਸਮਝੋ ਤਹਿਜ਼ੀਬ ਦਾ ਮਰਕਜ਼ ਪੈਗੰਬਰ ਹੈ। ਬੜੀ ਸ਼ੈਸਤਗੀ ਨਾਲ ਆਵਾਜ਼ ਵੀ ਐਸੀ ਕੱਢਣੀ ਕਿ ਸੁਣਨ ਵਾਲੇ ਦਾ ਦਿਲ ਹੀ ਛਿਕੀ ਕਿ ਮੁਹੰਮਦ ਦੇ ਕਦਮਾਂ ਦਾ ਨੌਕਰ ਬਣ ਵੈਂਦਾ। ਬੜੇ ਸੋਹਣੇ ਅੰਦਾਜ਼ ਨਾਲ ਸੋਹਣੇ ਪੈਗੰਬਰ ਨੇ ਆਵਾਜ਼ ਲਗਾਈ, ਦਿਲ ਮੋਹ ਲਿਆ ਉਸ ਸਹਾਬੀ ਦਾ, ਮਗਰ ਖੜਾ ਨਮਾਜ਼ ਦੇ ਅੰਦਰ ਆਏ। ਹੁਣ ਉਹ ਬੜਾ ਪਰੇਸ਼ਾਨ ਹੋਇਆ ਵੀ ਇੱਤੇ ਫਰਮਾ ਬਰਦਾਰੀ ਰੱਬ ਦੀ ਹੈ, ਉੱਤੇ ਆਵਾਜ਼ ਮੁਹੰਮਦ ਰਸੂਲੁੱਲਾ ਹੈ। ਜਿਸ ਵਕਤ ਅੱਲਾ ਦੇ ਪੈਗੰਬਰ ਨੇ ਸੜ ਮਾਰਿਆ, ਇੱਕ ਵਾਰੀ ਵੀ ਜਦਾਂ ਬੁਲਾਇਆ ਉਹ ਨਮਾਜ਼ ਦੇ ਅੰਦਰ ਰਿਹਾ। ਦੂਸਰੀ ਮਰਤਬਾ ਅੱਲਾ ਦੇ ਪੈਗੰਬਰ ਨੇ ਬੁਲਾਇਆ, ਫਿਰ ਵੀ ਨਮਾਜ਼ ਦੇ ਅੰਦਰ ਰਿਹਾ। ਤੀਸਰਾ ਜਦਾਂ ਸੜ ਗਿਆ, ਸੋਹਣੇ ਮੁਹੰਮਦ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਆਵਾਜ਼ ਮੁਬਾਰਕ ਉਹਦੇ ਕੰਨਾਂ 'ਤੇ ਪਹੁੰਚੀ ਹੈ, ਜਲਦੀ ਜਲਦੀ ਨਮਾਜ਼ ਨੂੰ ਮੁਕੰਮਲ ਕਰਕੇ ਫੌਰਨ ਸੋਹਣੇ ਪੈਗੰਬਰ ਦੀ ਖਿਦਮਤ ਦੇ ਅੰਦਰ ਹਾਜ਼ਰ ਹੋਇਆ। ਤਵੱਜੋ ਕਰਿਆ, ਅੱਲਾ ਦੇ ਪੈਗੰਬਰ ਨੇ ਫਰਮਾਇਆ ਉਹ ਉਬਈ ਮੈਂ ਜੋ ਤੈਨੂੰ ਤ੍ਰੈ ਵੇਰੀ ਸੜ ਮਾਰਿਆ, ਕਿੱਥੇ ਹੈ ਤੂੰ ਸੁਣਿਆ ਕਿ ਨਹੀਂ? ਆਖਣ ਲੱਗਾ ਯਾ ਰਸੂਲ ਅੱਲਾ ਮੈਂ ਸੁਣਿਆ, ਮੈਂ ਸੁਣਿਆ। ਅੱਗੋਂ ਅੱਲਾ ਦਾ ਪੈਗੰਬਰ ਨੇ ਫਰਮਾਇਆ ਜੇ ਸੁਣਿਆ ਤਾਂ ਅੱਗੋਂ ਜਵਾਬ ਕਿਉਂ ਨਹੀਂ ਦਿੱਤਾ? ਸਮਝ ਨਹੀਂ ਆਈ? ਮਤਲਬ ਇਹ
जिस सुनिया है ओदे वास्ते जवाब देवना। बोलो ना, इतना जवाब देना जरूरी है कि आवाज देवन वाला ओदा जवाब। ते जेकर तू ते मैं अखाए मुर्दे सुन दे अगों जवाब भी देंगे उन्ना जे सुने ते उन्ना दा जवाब तू क्यों नहीं सुनिया। समझ आई है कि नहीं है? मालूम होंदा है मुर्दियां दे सुनन वाला झूठे। क्या है? झूठे। अल्लाह दे पैगंबर ने आख्या जे सुने आई ता जवाब क्यों नहीं दिता। अगू उस आख्या कि या रसूल अल्लाह मैं नमाज दे अंदर आव मैं नमाज खला पढ़दा। दूए नंबर ते मसला ए समझ आ गया अल्लाह दा पैगंबर जे आले मुल्क गए बे हाजर नाजरे जदों वाले मुल गए भाई त नमाज पढ़न वाले नू साड क्यों मारे। ओनू पता नहीं मेरा गुलाम केड़ी हालत च हूँ ना इंज कर दियो ना इंज कर दियो केड़ी हालत च। तो चलो दो मिनट इंतजार कर ले मैं ना सलाम फेर ली सी वालो नू बुला ली सर। मालूम होया के आलम उल गैब कौन हाजिर नाजिर कौन अल्लाह दे पैगंबर ने आख्या क्यों ने आया आखन लगा या रसूल अल्लाह मैं नमाज दे अंदर आऊं अल्लाह दे पैगंबर ने फरमाया इत्थे मेरे सामने पे अगू बिठा के ते वल इया आयत पढ़ी ते फरमाया अच्छा चलो अज ते हो गया है मगर आइंदा वास्ते अल्लाह ने कानून बनाया या अल्लाह प्या फरमांदा है नमाज चोवे तवाफ चोवे हज वदा करेंदा होवे मताफ दे अंदर चक्कर वदा लैंदा होवे जे मेरा मुहम्मद सड च मारे अल्लाह पे दे मेरिया नमाजा ते इबादतां नू तो छोड़ दे मगर जिथे मेरे मुहम्मद सड आ जाए उत्थे मेरे पैगंबर दी आवाज नू छोड़न दी इजाजत कोई नहीं है। अल्लाह दा इबादत नमाज नू त्रोड़ छोड़िया करो मगर मेरे रसूल दे साड़ नू छोड़न दी इजाजत क्यों? बोलो तो सही कुछ समझ आई है नहीं आई? क्योंकि नमाज दी कजा है और बंदा नमाज कजा हो गई है ता दोबारा ते सोने नबी दी आवाज दी कजा कोई नहीं है। नमाज की कजा बंदा दे सकता है मेरे मोहम्मद की आवाज की कजा कोई नहीं। जिथे साजा आ जाए मेरे मोहम्मद का उथे जान वही वजन दे मगर आवाज मुस्तफा नो छोड़न की इजाजत। बोलो एक कुरान कलाम रहमान है ए रब दी क्या है? बोलो सारे बोलो यार ए कुरान कलाम रहमान है ए रब दी कलाम है मगर ए कुरान जुबान मोहम्मद रसूलुल्लाह है ए आवाज मोहम्मद रसूलुल्लाह है ए बयान मोहम्मद रसूलुल्लाह है। अल्लाह फरमाता है इस कुरान नु आके आवाज दीती है इस कुरान दी आके तर्जुमानी कीती है इस कुरान नु आके बयान कीता है। अल्लाह फरमाता इन्ना अलैना बयाना अल्लाह फरमाता जमअहू व कुरआना फइजा करअनाहु फत्तबे
قُرْآنَ ثُمَّ إِنَّ عَلَيْنَا بَيَانَ. میرا محمد ایک قرآن ساڈا ہے بیان تے محمد دا ہے. معلوم ہویا جڑا قرآن نو من لیندا ہے او دے حصے دے اندر رب وی آ ویندا ہے تے محمد پاک وی آ ویندا ہے. تو مطلب کیا ہے؟ اللہ فرماندا میرے رسول دی اطاعت جاری رکھو کوئی شیطان تواڈے تے غالب. اللہ عمل دی توفیق عطا فرمائے.